खन्ना दे पिंड रोहणो खुर्द विखे 4 सितंबर नूं होई 25 लाख रुपए दी लुट दे मामले विच मास्टरमाइंड गुरचरण सिंह नूं गिरफ्तार कर लिया गया है। मास्टरमाइंड नकली आमदन कर विभाग अधिकारी बनके अपने साथियों समेत किसान सज्जन सिंह दे घर लुट कीती सी। दस दईए कि यह व्यक्ति खुद नूं साबका विधायक दा पीए भी दस रहा है। पुलिस ने इस नकली अधिकारी नूं काबू कर लिया है अते 7 दिन दा रिमांड हासिल कीता है। ब्यूरो रिपोर्ट अज दी आवाज। 4 सितंबर 2022 ਨੂੰ ਪਿੰਡ ਰੋਣੋ ਖੁਰਦ ਦੇ ਵਿੱਚ 25 ਲੱਖ ਦੀ ਡਕੈਤੀ ਹੋਈ ਸੀ। ਉਹ ਡਕੈਤੀ ਦਾ ਮੁੱਖ ਸਰਗਣਾ ਗੁਰਚਰਨ ਸਿੰਘ ਉਰਫ ਗੁਰਚੰਦ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜਿਹਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ। ਮਾਨਯੋਗ ਅਦਾਲਤ ਨੇ ਗੁਰਚਰਨ ਸਿੰਘ ਦਾ ਅੱਜ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਅੱਜ ਹੁਣ ਅੱਗੇ ਅੱਗੇ ਖੁਲਾਸੇ ਬਹੁਤ ਹੋਣਗੇ, ਕਿਉਂਕਿ ਹੁਣ ਤੱਕ ਇਹ 9 ਬੰਦੇ ਸੀਗੇ ਇਹਦੇ ਵਿੱਚ ਇਨਵੋਲਵ। ਇਹਦੇ ਵਿੱਚੋਂ 6 ਬੰਦੇ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਨੇ। 7ਵਾਂ ਖੰਨਾ ਪੁਲਿਸ ਨੇ ਜਿਹੜਾ ਇਹ ਗ੍ਰਿਫਤਾਰ ਕੀਤਾ ਹੈ, ਪਿੰਡ ਪਮਾਲੀ ਦਾ ਹੈ। ਇਹ ਆਪਦੇ ਆਪ ਨੂੰ ਪ੍ਰੋਪਰਟੀ ਡੀਲਰ ਵੀ ਦੱਸਦਾ ਹੈ ਅਤੇ ਇਹ MLA ਦਾ PA ਵੀ ਦੱਸਦਾ ਰਿਹਾ ਹੈ ਵੀ ਮੈਂ MLA ਦਾ PA ਹੈ, ਕਿਉਂਕਿ ਜਿਹੜਾ MLA ਆ ਅਕਾਲੀ ਦਲ ਦਾ ਸੰਬੰਧ ਸੀਗਾ ਉਹਦਾ PA ਸੀ। ਇਹ ਲੋਕਾਂ ਨਾਲ ਬਹੁਤ ਜ਼ਿਆਦਾ ਭੋਲੇ ਭਾਲੇ ਲੋਕਾਂ ਨੇ ਠੱਗੀਆਂ ਮਾਰਦੇ ਰਹੇ ਅਤੇ ਇਸ ਤੋਂ ਪਹਿਲਾਂ ਵੀ 4 ਮੁਕੱਦਮੇ ਨੇ, ਇੱਕ ਥਾਣਾ ਜੋਧਾਂ ਦੇ ਵਿੱਚ ਇਹ 'ਤੇ ਮੁਕੱਦਮਾ, ਇੱਕ ਸਦਰ ਲੁਧਿਆਣਾ, ਇੱਕ ਇਹਦੇ 'ਤੇ ਹੈਗਾ ਆਪਣੇ ਦਰਾਹੇ ਠਾਣੇ ਬੇਗੋਵਾਲ ਪਿੰਡ ਦਾ ਹੈਗਾ, ਉੱਥੇ ਲੋਕਾਂ ਨੂੰ ਪੁਲਿਸ 'ਚ ਭਰਤੀ ਕਰਾਉਣ ਦੇ ਨਾਂ 'ਤੇ ਇਹਨਾਂ ਨੇ ਠੱਗੀਆਂ ਮਾਰੀਆਂ ਨੇ। ਅਤੇ ਅੱਜ ਇਹ ਪੁਲਿਸ ਨੇ 5ਵੇਂ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਜਿਹੜਾ ਪਿੰਡ ਰੋਣੋ ਖੁਰਦ ਦੇ ਵਿੱਚ 25 ਲੱਖ ਦੀ ਠੱਗੀ ਹੋਈ ਸੀ। ਇੱਕ ਸਾਨੂੰ ਗੱਲ ਹੋਰ ਦੱਸਣੀ ਚਾਹੁੰਦੇ ਹਾਂ, ਇਸ ਦੇ ਦਾ ਜਿਹੜਾ ਭਾਣਜਾ ਗੁਰਪ੍ਰੀਤ ਸਿੰਘ ਉਹ ਝੰਮਟ ਦੇ ਸਰਪੰਚ ਦਾ ਲੜਕਾ ਹੈ, ਉਹ ਇਹਦਾ ਸਕਾ ਭਾਣਜਾ, ਉਹ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ। ਉਹ ਹੁਣ ਜਵਾਨਤ 'ਤੇ ਆਇਆ ਅਤੇ ਅੱਜ ਉਹਦਾ ਜਿਹੜਾ ਸਕਾ ਮਾਮਾ ਪੁਲਿਸ ਨੇ ਉਹ ਵੀ ਗ੍ਰਿਫਤਾਰ ਕਰ ਲਿਆ, ਕਿਉਂਕਿ ਪਿਛਲੇ 4 ਮਹੀਨਿਆਂ ਤੋਂ ਇਹ ਵਿਅਕਤੀ ਜਿਹੜਾ ਸੀਗਾ ਪੁਲਿਸ ਦੇ ਨਾਲ ਅੱਖ ਮਚੀਚੀ ਖੇਲਦਾ ਸੀ, ਭੱਜਿਆ ਫਿਰਦਾ ਸੀ, ਹੱਥ ਨਹੀਂ ਤੀ ਆਉਂਦਾ। ਹਾਈ ਕੋਰਟ ਤੱਕ ਇਹਦੀਆਂ ਜਵਾਨਤਾਂ ਜਿਹੜੀਆਂ ਖਾਰਜ ਹੋ ਚੁੱਕੀਆਂ ਨੇ, ਪਰ ਹੁਣ ਇੱਕ ਨਾ ਇੱਕ ਦਿਨ ਜਿਹੜੀ ਖੰਨਾ ਪੁਲਿਸ ਨੇ ਥਾਣਾ ਸਦਰ SHO ਨਛੱਤਰ ਸਿੰਘ ਨੇ ਇਹਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ। ਇਹ ਇੱਥੋਂ ਆਪਣੇ ਨਜ਼ਦੀਕ BJ ਚੌਂਕ 'ਚੋਂ ਗ੍ਰਿਫਤਾਰ ਕੀਤਾ ਗਿਆ ਇਹਨੂੰ, ਕਿਉਂਕਿ ਇਹ ਭੱਜਣ ਦੀ ਫਰਾਕ 'ਚ ਦੇ ਵਿੱਚ ਸੀਗਾ। ਅਤੇ ਸਾਨੂੰ ਇਹਦੇ ਬਾਰੇ ਪਤਾ ਲੱਗਿਆ ਤਾਂ ਪੁਲਿਸ ਨੂੰ ਇਤਲਾਹ ਦਿੱਤੀ, ਤਾਂ ਪੁਲਿਸ ਨੇ ਮੌਕੇ 'ਤੇ ਜਾ ਕੇ ਇਹ ਦਬੋਚ ਲਿਆ। ਅੱਜ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕੀਤਾ ਗਿਆ। ਸਾਨੂੰ ਨਿਆਂਪਾਲਿਕਾ 'ਤੇ ਪੂਰਨ ਵਿਸ਼ਵਾਸ ਹੈ ਵੀ ਸਾਨੂੰ ਪੂਰਾ ਜਿਹੜਾ ਹੈਗਾ ਇਨਸਾਫ ਮਿਲੂਗਾ, ਅਤੇ ਇਸੇ ਤਰ੍ਹਾਂ ਜਿਹੜੇ 2 ਬਾਕੀ ਦੋਸ਼ੀ ਨੇ ਉਹਨਾਂ ਬਾਰੇ ਵੀ ਇਹ ਦੱਸੂਗਾ, ਉਹ ਵੀ ਜਲਦ ਗ੍ਰਿਫਤਾਰ ਕੀਤੇ ਜਾਣਗੇ। ਕੰਪਲੇਂਟ ਕਰਤਾ ਮੇਰੇ ਚਾਚਾ ਜੀ ਸਰਦਾਰ ਸੱਜਣ ਸਿੰਘ ਨੇ, ਮੈਂ ਇਸ ਦੇ ਵਿੱਚ ਮੁੱਖ ਗਵਾਹ ਜੀ, ਕਿਉਂਕਿ ਇਹ ਉਹਨਾਂ ਦੇ ਘਰ ਆਉਂਦਾ ਜਾਂਦਾ ਸੀਗਾ, ਆਉਂਦਾ ਸੀ ਜਾਂਦਾ ਸੀ, ਕਿਉਂਕਿ ਮੈਂ ਇਹਨੂੰ ਪਛਾਣਦਾ, ਸਾਰਾ ਕੁਝ ਕਰਦਾ, ਕਿਉਂਕਿ ਜਿਸ ਦਿਨ ਇਹ ਹੋਈ ਹੈ ਕਹਿੰਦਾ ਡਕੈਤੀ, ਉਸ ਦਿਨ ਉਹਨਾਂ ਨੂੰ ਘਰੋਂ ਕੱਢਣ ਵਾਲਾ ਵੀ ਮੈਂ ਹੀ ਹਾਂ ਅਤੇ ਜਿਹੜੇ ਦੋਸ਼ੀ ਆਏ ਨੇ ਉਹਨਾਂ ਦੀ ਸ਼ਨਾਖਤ ਵੀ ਮੈਂ ਹੀ ਕੀਤੀ ਆ, ਕਿਉਂਕਿ ਦੋਸ਼ੀ ਪਹਿਲਾਂ ਨੋਬਾ ਦੇ ਵਿੱਚ ਆਏ ਨੇ, 25 ਲੱਖ ਲੁੱਟ ਕੇ ਲੈ ਗਏ ਨੇ। ਦੋਸ਼ੀਆਂ ਕੋਲੋਂ ਹੁਣ ਤੱਕ 12,26,000 ਰੁਪਇਆ ਰਿਕਵਰ ਹੋ ਚੁੱਕਿਆ, 12,74,000 ਰੁਪਇਆ ਰਿਕਵਰ ਹੋਣਾ ਬਾਕੀ ਹੈ, ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਣਗੇ, ਕਿਉਂਕਿ ਇਹਦਾ 7 ਦਿਨ ਦਾ ਰਿਮਾਂਡ ਮਿਲ ਚੁੱਕਿਆ। ਸਰ, ਇੱਕ ਜਿਹੜਾ ਹੈਗਾ ਅੱਜ ਨਕਲੀ ਇਨਕਮ ਟੈਕਸ ਦੁਆਰਾ ਬਣ ਕੇ ਜਿਹੜਾ ਹੈਗਾ ਲੋਕਾਂ ਨੂੰ ਠੱਗੀ ਮਾਰਦਾ ਸੀ, ਉਹਦੀ ਪੇਸ਼ੀ ਕੀਤੀ ਗਈ ਹੈ ਮਾਨਯੋਗ ਅਦਾਲਤ ਵਿੱਚ। ਸਰ, ਕੀ ਪੂਰਾ ਮਾਮਲਾ ਕੀ ਹੈ? ਉਹਦੇ 'ਚ ਇੱਕ ਬੰਦਾ ਸਾਡੇ ਕੋਲ ਹਾਲੇ 2 ਬੰਦੇ ਰਹਿੰਦੇ ਸੀ, ਉਹਦੇ 'ਚ ਗੁਰਚਰਨ ਸਿੰਘ ਸੀ ਜਿਹੜਾ ਮੇਨ, ਉਹਦੇ 'ਚ ਇਹ ਵੀ ਕਲਪਰੇਟ ਸੀਗਾ ਅਤੇ ਮਾਸਟਰ ਮਾਈਂਡ ਸੀ ਇਹ ਵੀ। ਇਹਨੂੰ ਅਰੈਸਟ ਕਰ ਲਿਆ ਅੱਜ ਅਸੀਂ, ਇਹਦਾ 9 ਤੱਕ ਦਾ ਪੁਲਿਸ ਰਿਮਾਂਡ ਮਿਲਿਆ ਅਤੇ ਹੁਣ ਇਹਦੇ ਦੇਖਦੇ ਹਾਂ ਅੱਗੇ ਰਿਮਾਂਡ 'ਤੇ ਵੀ ਜੋ ਵੀ ਇਹਦੇ ਕੋਲ ਜਿਹੜੀ ਮਨੀ ਇਹਨਾਂ ਨੇ ਲੁੱਟੀ ਸੀ ਇਨਕਮ ਟੈਕਸ ਵਾਲੇ ਬਣ ਕੇ, ਉਹ ਰਿਕਵਰ ਕਰਵਾਉਣੀ ਹੈ। ਸਰ, ਕੁਝ ਹੋਰ ਵੀ ਇਹਦੇ ਸਾਥੀ ਸੀਗੇ ਇਸ ਤੋਂ ਇਲਾਵਾ? ਨਿਊ ਜਿਹੜੇ ਬਾਕੀ ਦਾ ਅਰੈਸਟ ਹੋ ਚੁੱਕੇ ਨੇ, ਇੱਕ ਬੰਦਾ ਰਹਿੰਦਾ ਸੀ ਉਹ ਵੀ ਅਰੈਸਟ ਕਰ ਲਾਂਗੇ। ਇਸ 'ਤੇ ਕੋਈ ਪਹਿਲਾਂ ਵੀ ਸਰ ਕੋਈ ਮੁਕੱਦਮਾ ਦਰਜ ਹੈਗਾ ਇਹਨਾਂ 'ਤੇ? ਇਹਦੇ 'ਤੇ 2 ਪਹਿਲਾਂ ਹੈਗੇ ਨੇ ਮੁਕੱਦਮੇ ਦਰਜ। ਅਤੇ ਸਰ, ਹੁਣ ਕਿਹੜੀ ਧਾਰਾਵਾਂ ਤਹਿਤ? ਆਲਰੇਡੀ ਪਹਿਲਾਂ ਹੀ ਦਰਜ ਹੈਗਾ 392, 395।